ਇਹ ਕਿਹੜਾ ਤੂੰ ਤੇ ਆ ਜੀ ਬਾਹਰਲਾ ਹੀ ਆ ਕੋਈ ਡਿੱਡੀ ਵੱਡੀ ਲੱਗਦੀ ਇਹਨੂੰ ਫਰੂਟ ਦਾ ਅੱਛਾ ਹਾਂਜੀ ਤੁਸੀਂ ਬਹੁਤ ਵੱਡੀਆਂ ਵੱਡੀਆਂ ਲੱਗਦੀਆਂ ਮਿੱਠੀਆਂ ਹਾਂ ਸ਼ੁਰੂ ਹੋਇਆ ਬਸ ਹੋਰ 15 ਦਿਨਾਂ ਤੇ ਹੋ ਜਾਣਾ ਤਿਆਰ ਹੈ ਹੋਰ ਆਪਾਂ ਕਿਹੜੇ ਇੱਥੇ ਜਿਹੜੀ ਤੁਹਾਡੀ ਸੰਸਥਾ ਨੇ ਬੂਟੇ ਲਾਏ ਕਿਹੜੇ ਕਿਹੜੇ ਆ ਆਪਾਂ ਜਿੱਦਾਂ ਖੂਹਾਂ ਦੇ ਦਿੱਤੇ ਆ ਫਰੂਟ ਦੇ ਸ਼ਾਨਦਾਰ ਸੇਕਾਂ ਲਾਈਆਂ ਹੋਰ ਕਾਫੀ ਤਰ੍ਹਾਂ ਦੇ ਫਰੂਟ ਦੇ ਲਾਏ ਆ ਬੂਟੇ ਤੇ ਕਿੱਦਾਂ ਪੜ ਰਹੇ ਆ ਇਹਨਾਂ ਦੀ ਦੇਖ ਬਹੁਤ ਵਧੀਆ ਜੀ ਆਪਣੇ ਵੱਡੇ ਸਕੂਲ ਚ ਨਹੀਂ ਬੂਟੇ ਹੋਏ ਉਹ ਕੀ ਗੱਲ ਹੈ ਉੱਥੇ ਜੀ ਕੁਛ ਜਿੱਦਾਂ ਛੱਪੜ ਦੀ ਮਿੱਟੀ ਜਿਹੜੀ ਪਾਈ ਹੋਈ ਆ ਭਰਤੀ ਪਾਈ ਹੋਈ ਆ ਅੱਛਾ ਉਹਦੇ ਕਰਕੇ ਜਿੱਦਾਂ ਕਹਿੰਦੇ ਆ ਮਿੱਟੀ ਤਾਕਤਵਰ ਜ਼ਿਆਦਾ ਉਹ ਬੂਟੇ ਲੂਹ ਹੋ ਜਾਂਦੇ ਤੇ ਆ ਵਾਰੀ ਲਾਏ ਆ ਇੱਥੇ ਕਿਹੜੇ ਕਿਹੜੇ ਬੂਟੇ ਆ ਆ ਕੀ ਆ ਇਹ ਤਾਂ ਡੇਕ ਆ ਜੀ ਡੇਕ ਤੇ ਇੱਧਰ ਅਮਰੂਦ ਅੱਛਾ ਆਹਾ ਡੇਕ ਆ ਗਈ ਆ ਹਾਂ ਹਾਂ ਆ ਨਾਰ ਲੱਗਦਾ ਇਹ ਨਾਰ ਆ ਜੀ ਅੱਛਾ ਆਹਾ ਐ ਕੀ ਆ ਕਟਹਲ ਤੇ ਨਹੀਂ ਕਟਹਲ ਦਾ ਉਹ ਅੱਛਾ ਹੈ ਕਟਹਲ ਦਾ ਉਹ ਆ ਅੱਛਾ ਇਹ ਵੀ ਚੱਲ ਪਿਆ ਬੂਟਾ ਹੁਣ ਪਹਿਲਾਂ ਰੁਕ ਗਿਆ ਸੀ ਅੱਛਾ ਚੱਲ ਪਿਆ ਅੱਛਾ ਆ ਬੂਟੇ ਸਾਰੇ ਕੰਮ ਜਾ ਆ ਆੜੂ ਇਹ ਆੜੂ ਆੜੂ ਤੇ ਉਹ ਪਰੇ ਬੇਰੀ ਉਹ ਬੇਰੀ ਦੀ ਆ ਅੱਛਾ ਉਹ ਵੀ ਆਪ ਹੀ ਲਾਈ ਹੋਈ ਆ ਬੂਟਾ ਇੰਟਰਸਟਿੰਗ ਲੱਗਦਾ ਏ ਆ ਨਹੀਂ ਹੋਇਆ ਬੂਟਾ ਕਿਹੜਾ ਇਹ ਚੱਲ ਪੈਣਾ ਹਰਾ ਹੀ ਆ ਜੀ ਹਰਾ ਹੀ ਆ ਹਲੇ ਹੋ ਜਾਣਾ ਅੱਛਾ ਇਹ ਠੰਡ ਕਰਕੇ ਰੁਕ ਗਿਆ ਸੀ ਨਾ ਰੋਸ ਰੁਕ ਗਈ ਤੇ ਐਤਕੀ ਠੰਡ ਕਹਿੰਦੇ ਪਈ ਵੀ ਜ਼ਿਆਦਾ ਹਾਂਜੀ ਹਾਂਜੀ ਆ ਆ ਕੀ ਇਹ ਨਹੀਂ ਆਉਣਾ ਨਹੀਂ ਹੈ ਇਹਦਾ ਨਾਂ ਕੁਛ ਹੋਰ ਦੱਸਿਆ ਸੀ ਮੈਨੂੰ ਖੈਰ ਖੈਰ ਦਾ ਖੈਰ ਖੈਰ ਜੀ ਖੈਰ ਦਾ ਹਾਂਜੀ ਬਾਬਾ ਸੰਘ ਢੇਸੀਆਂ ਜਿਹੜਾ ਕਿ ਸਾਡੇ ਬਾਬਾ ਜੀ ਬਾਬਾ ਸੰਘ ਢੇਸੀਆਂ ਦੇ ਨਾਲ ਮਸ਼ਹੂਰ ਹੈ ਸਾਡਾ ਪਿੰਡ ਇਹ ਬਹੁਤ ਹੀ ਸਾਡੇ ਸਤਿਕਾਰ ਤੱਕ ਕੈਨੇਡੀਅਨ NRI ਅੰਕਲ ਜੀ ਸਰਦਾਰ ਜਗਜੀਤ ਸਿੰਘ ਕਲਸੀ ਜੀ ਉਹਨਾਂ ਦੇ ਸਹਿਯੋਗ ਮੇਰੇ ਵੀਰ ਹੋਰ ਜਿਹੜੇ ਸਾਰੇ ਭਗਤ ਬੰਦੇ ਆ ਉਹਨਾਂ ਦੇ ਸਹਿਯੋਗ ਨਾਲ ਕੁਝ ਪੇਂਟ ਦਾ ਕੰਮ ਹੋ ਰਿਹਾ ਆ ਅਤੇ ਇਹਨਾਂ ਨੇ ਇੱਕ ਮੋਟਿਵ ਰੱਖਿਆ ਹੋਇਆ ਬਲ ਕਪਲ ਉਹਨਾਂ ਦੇ ਨਾਂ 'ਤੇ ਇਹ ਇੱਕ ਸੰਸਥਾ ਆ ਚਲਾਉਂਦੇ ਆ ਉਹਨਾਂ ਦੇ ਇਹ ਮੈਂਬਰ ਮੁਖੀ ਆ ਅਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਅੰਕਲ ਜੀ ਪਲੀਜ਼ ਸਾਡੇ ਥੋੜ੍ਹੇ ਜਿਹਾ ਕਲੀਗ ਹੋਣ ਵਾਲੀ ਆ ਰੰਗ ਹੋਣ ਵਾਲੀ ਆ ਅਤੇ ਇਹਨੇ ਸਾਨੂੰ ਕਹਿੰਦੇ ਇਹ ਹੋ ਜਾਏਗੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਅਤੇ ਇੱਕ ਹੋਰ ਵੀ ਇਹਨਾਂ ਪਿੰਡ ਵਿੱਚ ਪੂਰੇ ਪਿੰਡ 'ਚ ਬੂਟੇ ਇਹਨਾਂ ਦਾ ਇਹਨਾਂ ਨੂੰ ਬੜਾ ਪ੍ਰੇਮ ਆ ਬੂਟੇ ਲਾਉਂਦੇ ਆ ਸਕੂਲ 'ਚ ਵੀ ਲਾਏ ਆ ਸਾਡੇ ਪਿੱਛੇ ਬਹੁਤ ਸੋਹਣੇ ਹੋਏ ਆ ਫਲਾਂ ਦੇ ਬੂਟੇ ਆ ਪਿੰਡ 'ਚ ਲਾਉਂਦੇ ਆ ਔਰ ਬੂਟੇ ਲਾਉਣ ਤੋਂ ਬਾਅਦ ਉਹਨਾਂ ਦੀ ਦੇਖਭਾਲ ਵੀ ਕਰਦੇ ਆ ਇਹ ਗੱਲ ਬੜੀ ਇਹਨਾਂ ਦੀ ਪ੍ਰਸ਼ੰਸਾ ਆ ਅਸੀਂ ਬਹੁਤ ਇਹਨਾਂ ਦੇ ਰਹੀ ਹਾਂ ਸਕੂਲ ਦਾ ਵਾਤਾਵਰਨ ਸਵੱਛ ਬਣਾਉਣ 'ਚ ਰੰਗ ਰੋਗਨ ਅਤੇ ਸਮੇਂ ਸਮੇਂ 'ਤੇ ਪਿੱਛੇ ਜਿਹੇ ICT ਨੇ ਕਾਪੀਆਂ ਦਿੱਤੀਆਂ ਬੱਚਿਆਂ ਨੂੰ ਕਾਪੀਆਂ ਪੂਰੇ ਲਗਭਗ ਸਾਲ ਦੀਆਂ ਕਾਪੀਆਂ ਸਾਨੂੰ ਫੜਾ ਗਿਆ ਅਤੇ ਘੱਟੋ ਘੱਟ 200 ਕਿਤਾਬ ਸਾਨੂੰ ਲਾਇਬ੍ਰੇਰੀ ਦਿੱਤੀ ਅਸੀਂ ਅੰਕਲ ਜੀ ਦਾ ਬਹੁਤ ਬਹੁਤ ਧੰਨ ਕਰਦੇ ਹਾਂ ਧੰਨਵਾਦ ਕਰਦੇ ਹਾਂ ਪਰਮਾਤਮਾ ਦੇ ਸਾਡੇ ਸਕੂਲ ਦੀ ਸਾਡੇ ਪਿੰਡ ਲਈ ਸੋਹਣੇ ਪਿੰਡ ਲਈ ਇੱਦਾਂ ਹੀ ਮਦਦ ਕਰ ਬਹੁਤ ਬਹੁਤ ਸ਼ੁਕਰੀਆ